ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪ ਸਭ ਦਾ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮਸਾਲਾ ਕਰਕੁਰੀ ਪਿੰਡੀ ਜੋ ਕਿ ਬਣਾਣੀ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਬਹੁਤ ਹੀ ਘੱਟ ਆਇਲ ਸਿਰਫ 2 ਚਮਚ ਆਇਲ ਦੇ ਵਿੱਚ ਇਹ ਬਣ ਜਾਂਦੀ ਆ ਤੇ ਟੇਸਟ ਤਾਂ ਇਸ ਦਾ ਤੁਸੀਂ ਪੁੱਛੋ ਹੀ ਨਾ ਇੰਨਾ ਜ਼ਿਆਦਾ ਲਾਜਵਾਬ ਹੈਗਾ ਆ ਕਿ ਇਸ ਦੇ ਸਾਹਮਣੇ ਤੁਸੀਂ ਸਾਰੀਆਂ ਸਬਜ਼ੀਆਂ ਭੁੱਲ ਜਾਓਗੇ ਚਲੋ ਸਟਾਰਟ ਕਰਦੇ ਹਾਂ ਇਸ ਨੂੰ ਬਣਾਣਾ ਬਹੁਤ ਹੀ ਈਜ਼ੀ ਕੁਇਕ ਰੈਸਪੀ ਆ ਪਿੰਡੀਆਂ ਨੂੰ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰਕੇ ਸੁਕਾ ਲਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਟਿੰਗ ਕਰਾਂਗੇ ਤੇ ਗੱਭੇ ਇਸ ਤੇ ਚੀਰਾ ਲਗਾਵਾਂਗੇ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਇਸ ਨੂੰ ਓਪਨ ਕਰਾਂਗੇ ਕਿਉਂਕਿ ਇਸ ਦੇ ਵਿੱਚ ਆਪਾਂ ਮਸਾਲੇ ਦੀ ਫਿਲਿੰਗ ਕਰਨੀ ਆ ਤੇ ਅੱਗੇ ਤੁਹਾਨੂੰ ਦੱਸਦੇ ਆ ਕਿ ਮਸਾਲਾ ਜਿਹੜਾ ਹੈਗਾ ਆ ਉਹ ਕਿਸ ਤਰ੍ਹਾਂ ਦੇ ਨਾਲ ਬਣਾਉਣਾ ਮਸਾਲਾ ਵੀ ਇਸ ਦਾ ਬਹੁਤ ਜ਼ਿਆਦਾ ਈਜ਼ੀ ਹੈਗਾ ਆ ਕੋਈ ਵੀ ਬਾਹਰੋਂ ਸਮਾਨ ਨਹੀਂ ਲੈਣਾ ਪੈਣਾ ਘਰ ਵਿੱਚ ਹੀ ਸਾਰਾ ਮੌਜੂਦ ਹੁੰਦਾ ਆ ਭਿੰਡੀਆਂ ਕਟਿੰਗ ਕਰਕੇ ਰੈਡੀ ਹੋ ਗਈਆਂ ਤੇ ਹੁਣ ਮਸਾਲਾ ਦੇਖ ਲੈਣੇ ਆ ਇਸ ਲਈ ਇੱਕ ਵੱਡਾ ਚਮਚ ਨਮਕ ਦਾ ਲਵਾਂਗੇ ਹਲਦੀ ਤੇ ਨਾਲ ਹੀ ਗਰਮ ਮਸਾਲਾ ਲਾਲ ਮਿਰਚ ਪਾਊਡਰ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਆ ਤੇ ਇਸ ਦੇ ਵਿੱਚ ਅਸੀਂ ਧਨੀਆ ਪਾਊਡਰ ਜੀਰਾ ਪਾਊਡਰ ਤੇ ਆਮਚੂਰਨ ਪਾਊਡਰ ਤੇ ਸੌਂਫ ਸੌਂਫ ਦਾ ਟੇਸਟ ਇਸ ਵਿੱਚ ਬਹੁਤ ਜ਼ਿਆਦਾ ਉੱਪਰ ਕੇ ਆਂਦਾ ਹੈ ਜਰੂਰ ਐਡ ਕਰਿਓ ਤੇ ਹੁਣ ਇਸ ਦੇ ਵਿੱਚ ਕੱਚਾ ਅੰਬ ਇਹ ਆਪਸ਼ਨਲ ਆ ਕੱਚੇ ਅਮਦੀਥਾਂ ਤੇ ਆਮਚੂਰਨ ਪਾਊਡਰ ਵੀ ਲੈ ਸਕਦੇ ਆ ਇਸ ਦੇ ਨਾਲ ਇੱਕ ਟੈਂਗੀ ਸਵਾਦ ਆ ਜਾਂਦਾ ਆ ਤੇ ਹੁਣ ਸਾਡਾ ਮਸਾਲਾ ਜਿਹੜਾ ਉਹ ਸਾਰਾ ਰੈਡੀ ਹੈਗਾ ਤੇ ਹੁਣ ਅਸੀਂ ਇਸ ਨੂੰ ਫਿਲ ਕਰ ਰਹੇ ਆਂ ਪਿੰਡੀਆਂ ਦੇ ਵਿੱਚ ਤੁਸੀਂ ਚਾਹੋ ਤਾਂ ਉਸ ਦੇ ਵਿੱਚ ਨਿੰਬੂ ਨੂੰ ਵੀ ਐਡ ਕਰ ਸਕਦੇ ਆ ਕਿਉਂਕਿ ਉਸ ਦੇ ਨਾਲ ਇੱਕ ਟੈਂਗੀਪਨ ਜਿਹੜਾ ਆ ਜਾਂਦਾ ਆ ਉਹ ਬਹੁਤ ਜ਼ਿਆਦਾ ਸਵਾਦ ਲੱਗਦਾ ਆ ਇਸ ਤਰ੍ਹਾਂ ਦੇ ਨਾਲ ਦੇਖੋ ਸਟਫਿੰਗ ਬਹੁਤ ਅੱਛੀ ਕੁਆਂਟੀਟੀ ਵਿੱਚ ਅਸੀਂ ਫਿਲ ਕਰਕੇ ਪਿੰਡੀਆਂ ਰੈਡੀ ਕਰ ਲਈਆਂ ਤੁਸੀਂ ਦੇਖ ਸਕਦੇ ਆ ਤੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਫਰਾਈ ਕਰਨ ਦੇ ਲਈ ਆਪਾਂ ਸਿਰਫ 2 ਚਮਚ オイル ਦੇ ਲੈ ਰਹੇ ਆ ਛੋਟੇ ਚਮਚਾ matlab इक ਕੜਸ਼ੀ ਤੇ ਜਦੋਂ ਤੇਲ ਇਕਦਮ ਗਰਮ ਹੋ ਜਾਏਗਾ ਤੇ ਉਸ ਦੇ ਵਿੱਚ ਅਸੀਂ ਇਸ ਨੂੰ ਸ਼ੈਲੋ ਫਰਾਈ ਕਰਾਂਗੇ ਡੀਪ ਫਰਾਈ ਨਹੀਂ ਕਰਨਾ ਜਸਟ ਸ਼ੈਲੋ ਫਰਾਈ ਕਰਾਂਗੇ ਕਿ ਪਿੰਡੀਆਂ ਦਾ ਬਾਹਰੋਂ ਜਿਹੜਾ ਕਰਸਟ ਹੈਗਾ ਉਹ ਬਿਲਕੁਲ ਜਿਹੜਾ ਹੈ ਕ੍ਰਿਸਪੀ ਹੋ ਜਾਵੇ ਤੇ ਮਸਾਲਾ ਵੀ ਚੰਗੀ ਤਰ੍ਹਾਂ ਦੇ ਨਾਲ ਵਿੱਚ ਜਿਹੜਾ ਪੱਕ ਜਾਵੇ ਬਹੁਤ ਜ਼ਿਆਦਾ ਸਵਾਦ ਬਣਦੀਆਂ ਐ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਟ੍ਰਾਈ ਤਾਂ ਤੁਸੀਂ ਅੱਗੇ ਵੀ ਕਰਦੇ ਹੀ ਹੋਣੇ ਆ ਪਰ ਹੁਣ ਇਸ ਸਟਾਈਲ ਦੇ ਨਾਲ ਜ਼ਰੂਰ ਕਰਿਓ ਜਿੱਦਾਂ ਅਸੀਂ ਕਰ ਰਹੇ ਹਾਂ ਦੇਖੋ ਹੁਣ ਅਸੀਂ ਇਸ ਨੂੰ 2 ਮਿੰਟ ਸਿਰਫ 2 ਮਿੰਟ ਟੱਕ ਕੇ ਪਕਾਇਆ ਜ਼ਿਆਦਾ ਨਹੀਂ ਪਕਾਣਾ ਕਿ ਥੱਲਿਓਂ ਪਿੰਡੀਆਂ ਜਿਹੜੀਆਂ ਉਹ ਲੂਹੀ ਹੋ ਜਾਣ ਇਸ ਲਈ ਵਿੱਚ ਵਿੱਚ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਿਾਂਗੇ ਪਲਟਦੇ ਰਹਿਾਂਗੇ ਇਹਨਾਂ ਪਿੰਡੀਆਂ ਨੂੰ ਬਣਾਉਣ ਦੇ ਲਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੁਸੀਂ ਇਹ ਮਸਾਲਾ ਇੱਕ ਵਾਰੀ ਬਣਾ ਕੇ ਵੀ ਰੱਖ ਸਕਦੇ ਆ ਕਿਉਂਕਿ ਇਹ ਖਰਾਬ ਵੀ ਨਹੀਂ ਹੁੰਦਾ ਤੇ ਸਾਰੇ ਮਸਾਲੇ ਵੀ ਘਰੀ ਮਿਲ ਜਾਂਦੇ ਆ ਤੇ ਬਣਾਉਣਾ ਵੀ ਬਹੁਤ ਈਜ਼ੀ ਆ ਤੇ ਜਦੋਂ ਦਿਲ ਕਰੇ ਕਿ ਕੁਝ ਵਧੀਆ ਖਾਣਾ ਆ ਤੇ ਕੋਈ ਸਬਜ਼ੀ ਖਾਣ ਨੂੰ ਦਿਲ ਨਾ ਕਰੇ ਤੁਸੀਂ ਉਦੋਂ ਇਹਨੂੰ ਟਰਾਈ ਕਰ ਸਕਦੇ ਆ 2 ਮਿੰਟ ਅਸੀਂ ਹੋਰ ਟੱਕਣ ਦੇ ਕੇ ਇਸ ਨੂੰ ਪਕਾ ਲਿਆ ਤੇ ਹੁਣ ਦੇਖੋ ਤੁਸੀਂ ਸਕਰੀਨ ਤੇ ਦੇਖ ਸਕਦੇ ਆ ਕਿ ਪਿੰਡੀਆਂ ਆਲਮੋਸਟ ਡਨ ਹੈਗੀਆਂ ਰੈਡੀ ਹੈਗੀਆਂ ਬਸ ਇੱਕ ਤੋਂ 2 ਮਿੰਟ ਹੋਰ ਪਕਾਵਾਂਗੇ ਹਾਰਡਲੀ 5 ਤੋਂ 7 ਮਿੰਟ ਲੱਗਦੇ ਆ ਇਹਨਾਂ ਪਿੰਡੀਆਂ ਨੂੰ ਪਕਾਉਣ ਦੇ ਲਈ ਤੇ ਜਿਹੜਾ ਬਚਿਆ ਹੋਇਆ ਮਸਾਲਾ ਸੀ ਅਸੀਂ ਉਹ ਵੀ ਇਸ ਦੇ ਉੱਤੇ ਐਡ ਕਰ ਦਿੱਤਾ ਹੈਗਾ ਆ ਤੇ ਜਿਸ ਤਰ੍ਹਾਂ ਤੁਸੀਂ ਕ੍ਰੇਲੇ ਖਾਣੇ ਆ ਨਾ ਸਟੱਫ ਕਰੇਲੇ ਉਸ ਤੋਂ ਵੀ ਜ਼ਿਆਦਾ ਵਧੀਆ ਸਵਾਦ ਆਉਂਦਾ ਇਹਨਾਂ ਦਾ ਕਿਉਂਕਿ ਸੌਂਫ ਦਾ ਸਵਾਦ ਇਸਦੇ ਵਿੱਚ ਬਹੁਤ ਉੱਪਰ ਕੇ ਆਉਂਦਾ ਆ ਤੇ ਆਂਬ ਦਾ ਮਸਾਲਾ ਜਿਹੜਾ ਪਾਇਆ ਆਪਾਂ ਆਂਬ ਪਾਇਆ ਕੱਚਾ ਉਹਦੇ ਨਾਲ ਵੀ ਬਹੁਤ ਜ਼ਿਆਦਾ ਟੈਂਗੀਪਨ ਆਉਂਦਾ ਆ ਤੇ ਹੁਣ ਸਾਡੀਆਂ ਭਿੰਡੀਆਂ ਬਿਲਕੁਲ ਰੈਡੀ ਹੈਗੀਆਂ ਆ ਇਸ ਤਰ੍ਹਾਂ ਦੇ ਨਾਲ ਭਿੰਡੀਆਂ ਬਣਾਓ ਤੇ ਗਰਮੀਆਂ ਦੇ ਵਿੱਚ ਜਿੱਥੇ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਇਹਨਾਂ ਦੇ ਨਾਲ ਇੱਕ ਦੀ ਬਜਾਏ ਦੋ ਰੋਟੀਆਂ ਖਾਓ ਪਲੀਜ਼ ਰੈਸਿਪੀ ਨੂੰ ਲਾਈਕ ਚਰ ਕਰਿਓ ਜੇ ਚੰਗੀ ਲੱਗੀ ਵਾਚਿੰਗ ਲਈ ਥੈਂਕ ਯੂ